ਉਹ ਕਿਸ ਆਸ ਵਿੱਚ ਖੜਾ ਹੁੰਦਾ ਕਿ ਇੱਕ ਨਾ ਇੱਕ ਦਿਨ ਅੱਲਾ ਪਾਕ ਨੇ ਮੇਰੇ ਤੇ ਪੱਤੇ ਵੀ ਲੈਣੇ ਮੈਂ ਮੌਸਮ ਬਹਾਰ ਵੀ ਦੇਖਣਾ ਹੋ ਜੂਗੀ ਅੱਲਾ ਇਹ ਅੱਲਾ ਨੇ ਉਹਨੂੰ ਬੜਾ ਹੀ ਕਰੇ ਸਵਾਬ ਦੇਣਾ ਇਨਸ਼ਾ ਅੱਲਾ ਉਹਨਾਂ ਦੇ ਘਰ ਨਲਕਾ ਨਹੀਂ ਲੈਟਰੀਨ ਪੜਦਾ ਨਹੀਂ ਲੱਗਾ ਜੀ ਜੀ ਅੱਛਾ ਮੁਬੀਨ ਭਾਈ ਤੁਸੀਂ ਆ ਛੜੀ ਕਿਉਂ ਪਕੜੀ ਅਸੀਂ ਨਾ ਜਿਹੜੇ ਨਲਕੇ ਜ਼ਿਆਦਾਤਰ ਅਸੀਂ ਅਹਲੇ ਬੈਤ ਦੇ ਨਾਮ ਤੋਂ ਲਾਈਏ ਤੁਸੀਂ ਕੀ ਹੱਡੀ ਟੁੱਟ ਗਈ ਆਵੇ ਉਸੇ ਦੀ ਇਹਦੀ ਇਹਦੀ ਉੱਤੋਂ ਟੁੱਟ ਗਈ ਹੱਡੀ ਗਿਆ ਤੇ ਇਹਦੀ ਟੁੱਟ ਗਈ ਤਾਂ ਤੁਸੀਂ ਬਲੌਕ ਦੇ बिस्मिल्लाहिर्रहमानिर्रहीम। अच्छा मुबीन भाई आज दा जिहड़ा वाटर प्रोजेक्ट है ऐसे घर दे अंदर लग रहा कि देख लो कि ना इत्थे नलके दा कोई नामो निशान ना वाशरूम दी दीवार ते घर दी भी हालत बहुत ही खस्ता कि एक छोटा जिहा कमरा साफ ला लो कि जिहदे अंदर पूरा समान जी ते नाल ही देख लो कि इस तरह दे भी घर दे चाचा जी जदों पाए कहंदे कि आ सर हकदार घर है ये हकदार है जी जी ये अल्लाह ने उनु बड़ा ही करे सवाब देना इंशाल्लाह उनां दे घर नलका नहीं लैटरीन पड़दा नहीं लगा जी जी और जड़ी मुकम्मल किचन है ना आ छोटी जी पौड़ी थल्ले आ और बेटा भी मजदूर बच्चा भी चाचा मजदूर है जड़ा बच्चा वाला लत्ता तो तोड़ के आ अल्लाह नु सेहत याद जी जी तोड़ के आ ते उधर बच्चा भी बेचारा देख लो अल्लाह अकबर ए अल्लाह साडे स्पाई नु अपने गैब दिखसाने जो शफात आ लो जी चाचा जी हुन इथे आज बिस्मिल्लाह पढ़ के लाना ए ਐਸ ਟੱਕ ਤੇ ਸਾਡੀ ਮਾਂ ਜੀ ਨੇ ਕਿਹਾ ਕਿ ਐਸ ਜਗ੍ਹਾ ਨਲਕਾ ਲਾ ਦੇ ਸੋਹੇ ਭਾਈ ਇੱਕ ਹੋਰ ਵੀ ਜੇ ਭਾਈ ਚੀਜ਼ ਹੈ ਜਦੋਂ ਨਲਕਾ ਲੱਗ ਗਿਆ ਨਾ ਉਸ ਤੋਂ ਬਾਅਦ ਜਿਹੜੀ ਉਹ ਵਾਸ਼ਰੂਮ ਦੀ ਦੀਵਾਰਾਂ ਜਿਹੜੇ ਕਿਉਂਕਿ ਫਰਸ਼ ਨਹੀਂ ਬਣਨਾ ਇਹੀ ਪੈਸੇ ਸੀ ਜਿਹੜੇ ਅੱਲਾਹ ਸੁਣੇ ਚ ਮੰਗੋ ਨਾ ਦੀਵਾਰਾਂ ਖੜੀਆਂ ਕਰਾਂਗੇ ਸਾਡੀ ਤਾਂ ਕਿ ਸਾਡੀ ਭੈਣ ਦਾ ਪਰਦਾ ਵੀ ਹੋਵੇ ਇਨਸ਼ਾਅੱਲਾ ਇਨਸ਼ਾਅੱਲਾ ਖੁਸ਼ੀ ਬੇ ਜ਼ਿਆਦਾ ਹੋਈ ਹੈ ਬਹੁਤ ਜ਼ਿਆਦਾ ਅਲਹਮਦੁਲਿਲਾਹ ਕਿ ਮੈਂ ਬਾਈਆਂ 23 ਸਾਲਾਂ ਤੋਂ ਇਸ ਘਰ 'ਚ ਰਹਿ ਰਹੀ ਸਾਂ ਤੇ ਪਾਣੀ ਦੀ ਇੰਤਜ਼ਾਮ ਨਹੀਂ ਸੀ ਅੱਛਾ ਕਿੰਨੇ ਲਵਾਇਆ ਅੱਲਾ ਉਹਨਾਂ ਨੂੰ ਤੰਦਰੁਸਤੀ ਦੇਵੇ ਅੱਲਾ ਉਹਨਾਂ ਨੂੰ ਹੋਰ ਤਰੀਕ ਦੇਵੇ ਤਫੀਕ ਆਮੀਨ ਅੱਲਾ ਤੁਹਾਨੂੰ ਵੀ ਤਰੱਕੀਆਂ ਦੇਵੇ ਆਮੀਨ ਬਾਜੀ ਆਮੀਨ ਹਾਂ ਕਿਉਂਕਿ ਪਾਣੀ ਦਾ ਸਭ ਤੋਂ ਵੱਡਾ ਬੱਚਾ ਮੇਰਾ ਰੱਤਾ ਤੋਂ ਮਰਜ਼ੀ ਮਥਾਜ ਵਾਈ ਦੀਆਂ ਰਿਪੋਰਟਾਂ ਵਾਸਤੇ ਪੈਸੇ ਨਹੀਂ ਤੁਸੀਂ ਦੱਸ ਰਹੇ ਸੀ ਕਿ ਦੂਸਰੀ ਲੱਤ ਦੀ ਕੀ ਹੱਡੀ ਟੁੱਟ ਗਈ ਆਵੇ ਉਸੇ ਦੀ ਇਹਦੀ ਉੱਤੋਂ ਟੁੱਟ ਗਈ ਆ ਡਿੱਗਿਆ ਤੇ ਇਹਦੀ ਟੁੱਟ ਗਈ ਦੂਸਰੀ ਲੱਤ ਦੀ ਨਹੀਂ ਨਹੀਂ ਉਹਦੀ ਆ ਉੱਤੋਂ ਪੱਠਿਆ ਤਾਂ ਬਾਜੀ ਇਹਦਾ ਇਲਾਜ ਹੁਣ ਕਿਆ ਮੁਮਕਨ ਹੈ ਰਿਪੋਰਟਾਂ ਦਾ ਕਿਆ ਰਿਪੋਰਟਾਂ ਕਰਾ ਕੇ ਦੱਸੋ ਡਾਕਟਰ ਜਾਮੀਨ ਮਿਰਜੇ ਦੇ ਉਹਨਾਂ ਨੇ ਕਿਹਾ ਤੇ ਰਿਪੋਰਟਾਂ ਲੱਗਣੀਆਂ ਤੇ ਰਿਪੋਰਟਾਂ ਦੇ ਪੈਸੇ ਬਹੁਤ ਮੰਗਣਦੇ ਤੇ ਸਾਡੇ ਕੋਈ ਨਿੰਗ ਜੈਸ਼ ਨਹੀਂ ਹੈ ਅੱਲਾ ਪਾਕ ਬਣਾ ਉਹ ਸੰ ਜਿਸ ਰੱਬ ਨੇ ਆ ਪਾਣੀ ਦਾ ਸੁਣੇ ਉਹਨੇ ਬੜਾ ਸੁਭਾਅ ਸਾਡਾ ਲਾਇਆ ਅੱਲਾ ਨੂੰ ਤੰਦਰੁਸਤੀ ਦੇਵੇ ਅੱਲਾ ਤੁਹਾਨੂੰ ਵੀ ਤੰਦਰੁਸਤੀ ਦੇਵੇ ਅੱਛਾ ਮੁਬੀਨ ਭਾਈ ਤੁਸੀਂ ਆ ਛੜੀ ਕਿਉਂ ਪਕੜੀ ਹੋਈ ਐਸੀ ਜੀ ਸੋਹੇ ਭਾਈ ਇਹ ਬਾਜੀ ਨਾਲ ਇੱਥੇ ਮੈਂ ਇੱਕ ਬੜੀ ਪਿਆਰੀ ਜੀ ਮਿਸਾਲ ਦੱਸੂਗਾ ਇੱਥੇ ਸਾਹਮਣੇ ਆਓ ਜ਼ਰਾ ਭਾਜੀ ਆ ਦੇਖੋ ਆ ਨਾ ਸਿੱਖ ਦਰਖਤ ਤੋਂ ਤੋੜ ਕੇ ਲਿਆਏ ਇਹਦੇ ਪਰ ਕੋਈ ਪੱਤਾ ਨਹੀਂ ਹਾਂਜੀ ਹਾਂਜੀ ਇੱਕ ਵਕਤ ਆਂਦਾ ਕਿ ਦਰਖਤ ਤੇ ਪੱਤੇ ਹੁੰਦੇ ਲੇਕਿਨ ਇੱਕ ਵਕਤ ਆਂਦਾ ਕਿ ਸਾਰੇ ਪੱਤੇ ਝੜ ਜਾਂਦੇ ਹਨ ਲੇਕਿਨ ਨਾ ਦਰਖਤ ਆਪਣੀ ਜਗ੍ਹਾ ਬਦਲ ਕੇ ਜਾਂਦਾ ਕਿਤੇ ਨਾ ਦਰਖਤ ਆਪਣੇ ਆਪ ਨੂੰ ਤੋੜਦਾ ਹਾਂਜੀ ਉਹ ਕਿਸ ਆਸਮੀ ਚ ਖੜਾ ਹੁੰਦਾ ਕਿ ਇੱਕ ਨਾ ਇੱਕ ਦਿਨ ਅੱਲਾ ਪਾਕ ਨੇ ਮੇਰੇ ਤੇ ਪੱਤੇ ਵੀ ਲੈਣੇ ਮੈਂ ਮੌਸਮ ਬਹਾਰ ਵੀ ਦੇਖਣਾ ਹੋ ਜੂਗੀ ਹਾਂਜੀ ਇਸੇ ਤਰ੍ਹਾਂ ਸ਼ੇਵ ਇਨਸਾਨ ਜਿਹੜਾ ਨਾ ਇਨਸਾਨ ਉਹਨੇ ਇਨਸ਼ਾਅੱਲਾ ਜ਼ਿੰਦਗੀ ਦੀਆਂ ਬਹਾਰਾਂ ਵੀ ਦੇਖਣੀਆਂ ਹੁੰਦੀਆਂ ਵਾ ਜੇ ਹਾਲਾਤ ਕੋਈ ਵਕਤ ਮਾੜਾ ਹੁੰਦਾ ਉਸ ਤੋਂ ਬਾਅਦ ਅੱਲਾ ਪਾਕ ਅੱਛਾ ਵਕਤ ਵੀ ਲਿਆਉਂਦਾ ਅੱਛਾ ਮੁਬੀਨ ਭਾਈ ਅੱਜ ਹਜ਼ਰਤ ਅਲੀਉਲ ਮੁਰਤਜ਼ਾ ਰਜ਼ੀਅੱਲਾਹ ਤਾਲਾ ਅਨਹੁ ਉਹਨਾਂ ਦੀ ਤਰਫ ਆਪਾਂ ਨਸਬ ਕਰਨਾ ਕਿਉਂਕਿ ਅੱਜ ਉਹਨਾਂ ਦੀ ਜਸ਼ਨੇ ਵਿਲਾਦਤ ਹੈ ਮੌਲਾ ਅਲੀ ਸ਼ੇਰ ਹੈਦਰੀ ਰਜ਼ੀਅੱਲਾਹ ਤਾਲਾ ਅਨਹੁ ਜਿਹਨਾਂ ਨੂੰ ਦੇਖ ਕੇ ਕਿਸਰਾ ਕਿਸਰਾ ਵੀ ਜੇ ਕੋਈ ਫਤਾ ਹੋਏ ਸੀ ਮੁਬੀਨ ਭਾਈ ਮੁਖਤਸਰ ਹੀ ਮੈਂ ਵਾਕਿਆ ਬਿਆਨ ਕਰਨਾ ਕਿ ਹਜ਼ਰਤ ਅਲੀ ਰਜ਼ੀਅੱਲਾਹ ਤਾਲਾ ਅਨਹੁ ਜਿਨ੍ਹਾਂ ਨੇ ਨੌਜਵਾਨਾਂ ਦੇ ਵਿੱਚ ਸਭ ਤੋਂ ਪਹਿਲਾਂ ਇਸਲਾਮ ਕਬੂਲ ਕੀਤਾ ਔਰ ਅਲਹਮਦੁਲਿਲਾ ਇੱਕ ਬਹਾਦਰ ਇਸਲਾਮ ਦੇ ਮੁਜਾਹਿਦ ਸੀ ਸੁਭਾਨ ਅੱਲਾ ਜਦੋਂ ਜੰਗ ਹੋਈ ਨਾ ਤੇ ਗਜ਼ਵਾ ਖੈਬਰ ਜਦੋਂ ਲੜੀ ਗਈ ਤੇ ਗਜ਼ਵਾ ਬਦਰ ਦੇ ਅੰਦਰ ਜਦੋਂ ਅੱਲਾ ਪਾਕ ਨੇ ਮੁਸਲਮਾਨਾਂ ਨੂੰ ਫਤਿਹ ਦਿੱਤੀ ਨਾ ਫਿਰ ਇੱਕ ਕਫਾਰ ਦੇ ਅੰਦਰ ਨਾ ਕੁਝ ਲੋਕ ਐਸੇ ਸੀ ਕਿ ਜਿਨ੍ਹਾਂ ਨੇ ਨਾ ਕਿਹਾ ਕਿ ਇਹ ਅਸੀਂ ਆਪਣੇ ਹੁਣ ਮੁਸਲਮਾਨਾਂ ਕੋ ਬਦਲਾ ਲੈਣ ਤੋਂ ਬਗੈਰ ਨਹੀਂ ਹਰਨਾ ਕਿਉਂਕਿ ਸਾਨੂੰ ਹੁਣ ਸ਼ਿਕਸਤ ਹੋ ਗਈ ਤੇ ਖੈਰ ਇੱਕ ਮੁਨਾਫਕ ਬੇਈਮਾਨ ਨੇ ਨਾ ਹਜ਼ਰਤ ਅਬੂ ਹਜ਼ਰਤ ਕਹਤਾ ਯਾਨੀ ਕਿ ਅਬੂ ਸੁਫਿਆਨ ਕਾਫਲੇ ਦੇ ਮੱਕੇ ਦੇ ਬੜੇ ਬੜੇ ਸਰਦਾਰਾਂ ਨੂੰ ਲਿਆ ਯਾਰ ਆਪਾਂ ਨਾ ਮਦੀਨੇ ਤੇ ਦੁਬਾਰਾ ਹਮਲਾ ਕਰਨਾ ਨਬੀ ਪਾਕ ਨੂੰ ਇਤਲਾਹ ਹੋ ਗਈ ਆਪਣੇ ਸਾਹਬਾਂ ਨਾਲ ਮਸ਼ਵਰਾ ਕੀਤਾ ਕਿ ਬਈ ਉਹ ਫਲਾਂ ਫਿਰ ਯਾਨੀ ਕਿ ਕਾਫੀ ਜ਼ਿਆਦਾ ਲਸ਼ਕਰ ਤਿਆਰ ਆ ਮੱਕੇ ਮਦੀਨੇ ਤੇ ਹਮਲਾ ਕਰਨ ਦੇ ਵਾਸਤੇ ਕੀ ਪਲੈਨਿੰਗ ਕੀਤੀ ਜਾਵੇ ਗਾਲਬਨ ਹਜ਼ਰਤ ਸੁਲਮਾਨ ਫਾਰਸੀ ਆ ਜਾਂ ਇੱਕ ਹੋਰ ਸਾਹਬੀ ਉਹਨਾਂ ਨੇ ਮਸ਼ਵਰਾ ਦਿੱਤਾ ਯਾਰ ਸੁਲਲਾ ਆਪਾਂ ਨਾ ਖੰਦਕਾਂ ਖੋਦ ਦਈਏ ਕਾਫੀ ਡੂੰਗੇ ਟੋਏ ਕੱਢ ਦਈਏ ਤਾਂ ਕਿ ਉਹਨਾਂ ਦਾ ਕਾਫਲਾ ਆਊਗਾ ਤੇ ਉਹ ਵਿੱਚ ਆ ਕੇ ਯਾਨੀ ਕਿ ਗਿਰੋਗੇ ਉਹਦੇ ਵਿੱਚੋਂ ਇੱਕ ਮੁਨਾਫਕ ਕਾਫਰ ਦਾ ਨਾ ਘੋੜਾ ਸੈਰ ਤੋਂ ਜਦੋਂ ਮੁਕੰਮਲ ਖੋਦ ਦਿੱਤੀਆਂ ਗਈਆਂ ਜੰਗ ਸ਼ੁਰੂ ਹੋਣ ਦੇ ਕਰੀਬ ਹੋਈ ਮੁਨਾਫਕ ਦਾ ਨਾ ਇੱਕ ਘੋੜਾ ਅੱਗੇ ਆ ਗਿਆ ਉਹਨੇ ਕਿਹਾ ਹੈ ਕੋਈ ਮੁਸਲਮਾਨਾਂ ਦੇ ਵਿੱਚ ਜਿਹੜਾ ਮੇਰੇ ਨਾਲ ਮੁਕਾਬਲਾ ਕਰੇ ਤੇ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੇ
ਕਿਹਾ ਮੈਂ ਬਹਾਦਰ ਮੈਂ ਤੇ ਨਾ ਮੁਕਾਬਲਾ ਕਰਦਾ ਉਹਨੇ ਕਿਹਾ ਮੈਂ ਉਹ ਬੰਦਾ ਜਿਹਦਾ ਪੂਰੇ ਇਲਾਕੇ ਦੇ ਅੰਦਰ ਨਾਮ ਸੁਣ ਕੇ ਦੁਨੀਆ ਕਾਪੀ ਉਹਨੇ ਕਿਹਾ ਆ ਜਾ ਮੈਂ ਤੇਰਾ ਮੁਕਾਬਲਾ ਕਰਦਾ ਉਹਨੇ ਕਿਹਾ ਆਪਣੇ ਕੀ ਮੁਕਾਬਲਾ ਤੁਸੀਂ ਕਰਨ ਹਜ਼ਰਤ ਅਲੀ ਨੇ ਕਿਹਾ ਕਿ ਤੂੰ ਇੱਦਾਂ ਕਰ ਮੇਰੇ ਨਾਲ ਮੁਕਾਬਲਾ ਕਰ ਖੈਰ ਕਿਸੇ ਹਦੀਸ ਦੇ ਅਲਫਾਜ਼ ਨੇ ਕਿ ਹਜ਼ਰਤ ਅਲੀ ਦੇ ਰਜ਼ੀ ਅੱਲਾਹ ਅਨਹੁ ਥੋੜ੍ਹੇ ਸਰ ਮੁਬਾਰਕ ਨੇ ਚੋਟ ਆਈ ਅਤੇ ਜਦੋਂ ਫਿਰ ਦੁਬਾਰਾ ਉਹਨੇ ਯਾਨੀ ਕਿ ਖੁਫੀਆ ਹਮਲਾ ਕੀਤਾ ਹਜ਼ਰਤ ਅਲੀ ਨੇ ਫਿਰ ਲਲਕਾਰ ਕੇ ਤਲਵਾਰ ਕਹਿ ਲਿਆ ਹੁਣ ਮੈਂ ਕਰਦਾ ਕਹਿੰਦੇ ਕਿ ਹਜ਼ਰਤ ਅਲੀ ਨੇ ਤਲਵਾਰ ਮਾਰੀ ਸੀ ਕਿ ਨੌਜ਼ ਬਿੱਲਾ ਦੋ ਹਿੱਸੇ ਯਾਨੀ ਕਿ ਹੋ ਗਏ ਸੀ ਸ਼ੇਰੇ ਖੁਦਾ ਫਿਰ ਦੇ ਲੋਕ ਜਦੋਂ ਮਾਨਤਾ ਵਾਪਸ ਕਰਨ ਦਾ ਹੁਕਮ ਆਇਆ ਉਦੋਂ ਵੀ ਨਬੀ ਪਾਕ ਨੇ ਸਭ ਤੋਂ ਪਹਿਲਾਂ ਹਜ਼ਰਤ ਅਲੀ ਦੀ ਡਿਊਟੀ ਲਾਈ ਜਦੋਂ ਇਸਲਾਮ ਦਾ ਝੰਡਾ ਕਿਸੇ ਸਹਾਬੀ ਦੇ ਹੱਥ 'ਚ ਦੇਣ ਦੀ ਵਾਰੀ ਆਈ ਉਦੋਂ ਵੀ ਹਜ਼ਰਤ ਮੌਲਾ ਅਲੀ ਰਜ਼ੀ ਅੱਲਾਹ ਤਾਲਾ ਦੇ ਆਈ ਇਸ ਕਰਕੇ ਅੱਜ ਦਾ ਜਿਹੜਾ ਅਸੀਂ ਆਪਣਾ ਮੁਕੰਮਲ ਨਲਕਾ ਹੈ ਹਜ਼ਰਤ ਅਲੀ ਪੈਂਤਨ ਪਾਕ ਯਾਨੀ ਕਿ ਮੁਕੰਮਲ ਉਹਨਾਂ ਦੇ ਅਹਿਲੇ ਬੈਤ ਉਹਨਾਂ ਦੀ ਤਰਫ ਨਸਲ ਕੀਤਾ ਕਿ ਅਸੀਂ ਨਾ ਜਿਹੜੇ ਨਲਕੇ ਜ਼ਿਆਦਾਤਰ ਅਸੀਂ ਅਹਿਲੇ ਬੈਤ ਦੇ ਨਾਮ ਤੋਂ ਲਾਈਏ ਇਨਸ਼ਾਅੱਲਾ ਕਿਉਂਕਿ ਇਮਾਮ ਹਸਨ ਅੱਲਾਹ ਦੇ ਨਬੀ ਦੀ ਆਲ ਤੋਂ ਸੁਭਾਨ ਅੱਲਾਹ ਤੇ ਫਿਰ ਲੁਆਣ ਵਾਲਾ ਵੀ ਕਿੰਨਾ ਖੁਸ਼ ਨਸੀਬ ਆ ਅਲਹਮਦੁਲਿਲਾ ਅਲਹਮਦੁਲਿਲਾ ਲੁਆਇਆ ਵੀ ਇਹ ਨਹੀਂ ਕਿ ਮੈਂ ਆਪਣੇ ਨਾਮ ਤੇ ਲਵਾਂ ਮੇਰਾ ਨਾਮ ਬੇਸ਼ੱਕ ਉਹਨਾਂ ਆਪਣੇ ਨਾਮ ਤੇ ਲਵਾ ਸਕਦੇ ਸਵਾਬ ਆ ਅੱਲਾਹ ਪਾਕ ਉਹਨਾਂ ਦਰਜਾਤ ਹੋਰ ਬੁਲੰਦ ਫਰਮਾਏ ਲੇਕਿਨ ਅੱਲਾਹ ਦੇ ਪਿਆਰਿਆਂ ਦੇ ਨਾਮ ਮੁਖਤਸਰ ਹੈ ਕਿ ਆਲ ਹੁਲਾ ਬਾਜੀ ਜੀ ਸੀ ਆ ਇਹਨਾਂ ਦੇ ਬੇਟੇ ਆ ਯਾਨੀ ਕਿ ਅੱਲਾ ਮਾਫ਼ ਕਰੇ ਮਜ਼ੂਰ ਆ ਨਾਲ ਅੰਕਲ ਜੀ ਆ ਇਹਨਾਂ ਦੇ ਹਸਬੈਂਡ ਆਈ ਦਿਲੀ ਦੁਆ ਕਿ ਅੱਲਾ ਤਾਲਾ ਇਸ ਘਰ ਨੂੰ ਹਮੇਸ਼ਾ ਸ਼ੈਤਾਨ ਦੇ ਸ਼ਰ ਤੋਂ ਮਹਿਫੂਜ਼ ਰੱਖੇ ਔਰ ਆਪਣੀਆਂ ਗੈਬ ਤੋਂ ਅੱਲਾ ਪਾਕ ਇਸ ਘਰ ਦੇ ਅੰਦਰ ਆਪਣੀਆਂ ਰਹਿਮਤਾਂ ਨਾਜ਼ਿਲ ਫਰਮਾ ਬਾਜੀ ਅਸੀਂ ਨਾ ਮੁਕੰਮਲ ਘਰ ਦੀ ਕੰਡੀਸ਼ਨ ਵੀ ਦੇਖੀ ਆ ਇਨਸ਼ਾਅੱਲਾ ਅੱਲਾ ਸੋਨੇ ਨੇ ਚਾਹਿਆ ਦੇਖ ਲਓ ਕਿ ਲੋਕਾਂ ਦੀਆਂ ਪੌੜੀਆਂ ਕੈਸੀਆਂ ਹੁੰਦੀਆਂ ਕਿਚਨ ਬਾਹਰ ਹੈ ਹਰ ਚੀਜ਼ ਤੇ ਇਨਸ਼ਾਅੱਲਾ ਬਾਜੀ ਅੱਲਾ ਨੇ ਚਾਹਿਆ ਤੇ ਇਨਸ਼ਾਅੱਲਾ ਤੁਹਾਡੇ ਘਰ ਦਾ ਨਕਸ਼ਾ ਵੀ ਬਦਲ ਜਾਵੇਗਾ ਇਨਸ਼ਾਅੱਲਾ ਦੇਖ ਲਓ ਬਾਜੀ ਉਰੇ ਕੋਈ ਪਰਦਾ ਨਹੀਂ ਸੀ ਕੋਈ ਚੀਜ਼ ਨਹੀਂ ਕੋਈ ਲੇਕਿਨ ਫਿਰ ਪਰਦਾ ਕਰਨ ਵਾਲੀ ਜ਼ਾਤ ਕੋਈ ਸਭ ਕੁਝ ਦੇਣ ਵਾਲੀ ਅੱਲਾ ਤਾਲਾ ਉਹਨੇ ਸੁਭਾਨ ਅੱਲਾ ਸਬਬ ਤੁਸੀਂ ਬਣੇ ਹੋਈ ਲੌਸੀਲਾ ਤੁਸੀਂ ਬਣੇ ਤੁਹਾਨੂੰ ਮੈਂ ਮਿਲੀ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਬਾਜੀ ਪਰੇਸ਼ਾਨ ਹੋਈ ਤੇਰੇ ਘਰ ਆਵਾਂਗੇ ਇਨਸਾਨ ਕੁਝ ਨਹੀਂ ਕਰ ਸਕਦਾ ਇਨਸਾਨ ਇਹ ਅੱਲਾ ਪਾਕ ਨੇ ਡਿਊਟੀਆਂ ਲਾਈਆਂ ਹੋਈਆਂ ਕਿ ਤੇਰਾ ਜ਼ਿੰਮੇ ਆ ਕੰਮ ਆ ਤੂੰ ਆ ਕਰਨਾ ਵਾ ਤੇਰੇ ਜ਼ਿੰਮੇ ਆ ਕੰਮ ਬੇਸ਼ੱਕ ਲੋ ਜੀ ਬਾਜੀ ਖਸੂਸੀ ਤੌਰ ਤੇ ਨਾਲ ਹੁੰਦਾ ਅੱਜ ਦਾ ਜਿੰਨਾ ਵੀ ਖਰਚਾ ਮੁਕੰਮਲ ਵਾਟਰ ਪ੍ਰੋਜੈਕਟ ਜਿਨ੍ਹਾਂ ਨੇ ਵੀ ਲਗਵਾਇਆ ਉਹਨਾਂ ਵਾਸਤੇ ਤੁਸੀਂ ਦੁਆ ਕਰਿਓ ਉਹਨਾਂ ਨਾਮ ਲੈਣ ਤੋਂ ਮਨਾ ਫਰਮਾਇਆ ਆਮੀਨ ਆਮੀਨ ਹੁਣ ਆਪਾਂ ਮੁਖਤਸਰ ਇਹ ਦੁਆ ਕਰ ਲਈਏ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਔਰ ਮੌਲਾ ਬਿਲਖਸੂਸ ਅੱਜ ਦਾ ਜਿਹੜਾ ਵਾਟਰ ਪ੍ਰੋਜੈਕਟ ਮੌਲਾ ਜਿਨ੍ਹਾਂ ਨੇ ਵੀ ਲਗਵਾਇਆ ਉਹਨਾਂ ਨੇ ਨਾਮ ਲੈਣ ਤੋਂ ਮਨਾ ਫਰਮਾਇਆ ਮੌਲਾ ਤੂੰ ਆਪਣੀ ਬਾਰਗਾਹ ਕਬੂਲ ਮਨਜ਼ੂਰ ਫਰਮਾ ਮੌਲਾ ਉਹਨਾਂ ਨੇ ਦੁਨੀਆ ਦੇ ਅੰਦਰ ਲੋਕਾਂ ਨੂੰ ਪਾਣੀ ਪਿਲਾਇਆ ਤੂੰ ਕੱਲ ਹੌਜ਼ੇ ਕੌਸਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਹੱਥਾਂ ਮੁਬਾਰਕਾਂ 'ਚ ਉਹਨਾਂ ਨੂੰ ਪਾਣੀ ਅਤਾ ਫਰਮਾ।